ਰੱਖ ਦੇ ਹੁਣ ਮੇਰੇ ਦੋ ਹੀ ਯਾਦ ਹੈ, ਕੋਈ ਮੈਂ ਸ਼ੇਰਾਂ ਵਾਲੀ ਤਾਂ ਹੈ ਨਹੀਂ। ਲੈ ਵੀ ਵਿਚਾਲੇ ਵਿਚਾਲੇ ਸਾਡੇ ਬੰਦੇ ਐ ਚਾ ਜੋਕ ਮਸਤੀ ਚਾ ਹੁਣ ਆਏ ਨੇ ਵੀਡੀਓ ਚੱਲੀ ਜਾਂਦੇ ਵਿੱਚ ਮੈਂ ਧਿਆਨ ਫੱਥਾ ਚੀਂ ਚੀਂ ਕਰਾਈ ਜਾਂਦੇ ਆ ਚੱਲਦੇ ਜੀ ਬੋਕਰ ਛੱਡ ਚਲਾਈ ਗੜਾ ਸਾਡੇ ਸ਼ੀਤਲਾ ਮਾਤਾ ਦੀ ਪੂਜਾ ਹੋਊਗੀ। ਸ਼ੀਤਲਾ ਮਾਤਾ ਦੀ ਪੂਜਾ ਸਾਡੀ ਹੁੰਦੀ ਹੈ ਹੋਲੀ ਤੋਂ ਬਾਅਦ ਜਿਹੜਾ ਪਹਿਲਾ ਸੋਮਵਾਰ ਆਉਂਦਾ, ਅੱਜ ਸੋਮਵਾਰ ਹੀ ਆ ਗਿਆ ਅਤੇ ਉਸ ਦਿਨ ਵਸੜੀ ਹੈ ਸਾਡੇ ਪੱਕਦਾ ਅਤੇ ਮੰਗਲਵਾਰ ਵਾਲੇ ਦਿਨ ਸੁਬਹੇ ਸੁਬਹੇ ਠੰਡੇ ਚੁੱਲ੍ਹੇ ਚੁੱਲ੍ਹੇ ਉੱਤੇ ਚੁੱਲ੍ਹੇ 'ਚ ਨਾ ਕਿਸੇ ਵੀ ਚੀਜ਼ 'ਚ ਪਾਣੀ ਥੱਲੇ ਨਾ ਕੁਛ ਅੱਗ ਨਹੀਂ ਬਾਲਣੀ ਅਤੇ ਪਹਿਲਾਂ ਉਸ ਤੋਂ ਪਹਿਲਾਂ ਸਾਡੀ ਪੂਜਾ ਹੁੰਦੀ ਹੈ ਮਾਤਾ ਦੀ ਸਵੇਰੇ ਸਵੇਰੇ ਚਾਰ ਪੰਜ ਵਜੇ। ਤਾਂ ਅਸੀਂ ਸਾਰੇ ਘਰ ਦੇ ਉੱਠ ਕੇ ਠੰਡੇ ਪਾਣੀ ਨਾਲ ਮੂੰਹ ਹੱਥ ਧੋ ਕੇ ਅਤੇ ਸੁੱਚੇ ਸਾਚੇ ਕੱਪੜੇ ਪਾ ਕੇ ਅਤੇ ਵੀ ਸੁੱਚੇ ਸਾਚੇ ਹੀ ਅਸੀਂ ਜਾ ਕੇ ਅਤੇ ਬਿਨਾਂ ਕੁਰਲੀ ਕਰਿਆ ਮਤਲਬ ਉਹਨੂੰ ਵਾਸੀੜਾ ਕਹਿੰਦੇ ਆ ਫਿਰ ਤਾਂ ਫਿਰ ਅਸੀਂ ਕਰਦੇ ਹਾਂ ਪੂਜਾ। ਅਤੇ ਅਸੀਂ ਹੁਣ ਅੱਧਾ ਕਿਲੋ ਗੁੜ ਘੋਲ ਲਿਆ, ਇਹ 'ਚ ਦੋ ਤਿੰਨ ਚਮਚੇ ਪਾ ਦੇ ਘਿਓ ਦੇ, ਉਬਾਲ ਵੀ ਸਕਦੇ ਹੋ ਤੁਸੀਂ ਅਤੇ ਹੁਣ ਇਹ ਥੋੜ੍ਹਾ ਠੰਡਾ ਹੋ ਜੂਗਾ। ਇਸਦੇ ਵਿੱਚ ਤਿੰਨ ਪਾ ਆਟਾ ਪਾ ਕੇ ਗੁੰਨਾਂਗੇ, ਗੁੰਨ ਕੇ ਫਿਰ ਸ਼ਾਮ ਨੂੰ ਰੋਟੀਆਂ ਬਣਾ ਕੇ ਅਤੇ ਰੱਖ ਦਿਆਂਗੇ ਗਰਮ ਡੱਬੇ 'ਚ ਪਾ ਕੇ ਅਤੇ ਸੁਬਹੇ ਸੁਬਹੇ ਉੱਠ ਕੇ ਠੰਡੀਆਂ ਰੋਟੀਆਂ ਵੀ ਕਰਾਂਗੇ ਪੂਜਾ ਮਾਤਾ ਦੀ। ਇਹ ਵੀਡੀਓ ਆਊਗਾ ਪਰਸੋਂ ਮੰਗਲਵਾਰ ਨੂੰ ਕਦੀ, ਫਿਰ ਵੀਡੀਓ ਆਪਣਾ ਲੰਮਾ ਹੋਇਆ ਪਿਆ। ਬੀ ਪੀ ਵਾਲੇ ਟੀਕੇ ਤੋਂ ਬਾਅਦ ਮੰਮੀ ਫਿਰ ਚੱਲ ਪਈ ਪੁੱਠੀ, ਮੰਮੀ ਦੀ ਬੈਟਰੀ ਡਾਊਨ ਹੋ ਗਈ ਸੀ ਅੱਜ ਫਿਰ। ਬੈਟਰੀ ਡਾਊਨ ਹੋ ਗਈ, ਮੈਂ ਸੋਚਿਆ ਮੈਂ ਕਿਹਾ ਪਤਾ ਨਹੀਂ ਕੀ ਹੈ, ਪਈ ਰਵਾਂ ਚੰਗੀ ਭਲੀ ਤੇ ਉੱਠ ਕੇ ਬੈਠਾ ਤਾਂ ਜੀ ਖਰਾਬ ਹੋਵੇ। ਫਿਰ ਮੈਂ ਆਖਿਆ ਪਿੰਕੂ ਕਹਿੰਦਾ ਡਾਕਟਰ ਕੋਲ ਚੱਲੀਏ, ਮੈਂ ਕਿਹਾ ਡਾਕਟਰ ਕੋਲ ਨਹੀਂ ਜਾਂਦੇ, ਮੈਂ ਕਿਹਾ ਵਰੇ ਦਿਨਾਂ ਦੇ ਦਿਨ ਡਾਕਟਰ ਕੋਲ ਵਧੀਆ ਨਹੀਂ ਹੁੰਦਾ ਜਾਣਾ ਤਿਉਹਾਰ ਦਾ। ਫਿਰ ਮੈਂ ਆਖਿਆ ਮਨਾ ਇਹ ਤਾਂ ਰਾਤ ਬਹੁਤ ਲੰਮੀ ਪਈ ਹੈ ਤਿਉਹਾਰ ਤਿਉਹਾਰ ਦੇ ਚੱਕਰਾਂ 'ਚ ਕਿਤੇ। ਫਿਰ ਮੈਂ ਆਖਿਆ ਚੱਲ ਵੀ ਹੁਣ ਪੱਕਦੀਆਂ ਮਿੱਠੀਆਂ ਰੋਟੀਆਂ ਜਿਹੜੀਆਂ ਤੜਕੇ ਸ਼ੀਤਲਾ ਮਾਈ ਨੂੰ ਪੂਜਣਾ, ਇਹ ਸ਼ੀਤਲਾ ਮਾਤਾ ਨੂੰ ਭੋਗ ਲਾਉਣਾ ਸਵੇਰੇ ਪ੍ਰਸ਼ਾਦ ਦੇ ਤੌਰ 'ਤੇ, ਇਹ ਪ੍ਰਸ਼ਾਦ ਦੇ ਤੌਰ 'ਤੇ ਅਤੇ ਫਿਰ ਅਸੀਂ ਤੜਕੇ ਵੇਲੇ ਪੂਜਾ ਕਰਾਂਗੇ ਉਹ ਵੀ ਦਿਖਾਵਾਂਗੇ ਵੀ ਸ਼ੀਤਲਾ ਮਾਈ ਦੀ ਪੂਜਾ ਅਸੀਂ ਕਿਵੇਂ ਕਰਦੇ ਹਾਂ। ਤਾਂ ਵੀ ਆ ਗਈ ਤੰਗਲੀ, ਤੁਹਾਡੀ ਤੰਗਲੀ ਇੱਥੋਂ ਖੁੱਲ੍ਹੀ ਹੁੰਦੀ ਹੈ, ਮੇਰੇ ਵਾਲੀ ਤੰਗਲੀ ਬੰਦ ਹੈ ਇੱਥੇ, ਐਵੇਂ ਕਰਕੇ ਪਲਟਾਂ ਨੂੰ ਥੋੜ੍ਹੀ ਅੱਗ ਤੇਜ਼ ਹੋ ਗਈ। ਚੱਲ ਵੀ ਬਸ ਕਰ ਫਿਰ ਵੀਡੀਓ, ਲੰਮਾ ਬਹੁਤ ਹੋ ਜਾਂਦਾ। ਮੈਂ ਵੀ ਆ ਗਈ ਅਸੀਂ ਸਵੇਰੇ ਸਵੇਰੇ, ਡਿੱਗੀ ਨਹੀਂ ਸੀਗੀ ਸਵੇਰੇ ਸਵੇਰੇ, 5 ਦਾ ਟਾਈਮ ਹੈ, ਆਹ ਕੱਚਾ ਸੂਟ ਹੈ ਲੱਗਦਾ ਹੁੰਦਾ ਸਾਡੇ ਇਸੇ ਤਰ੍ਹਾਂ ਪੂਜੀ ਦਾ ਵਸੜੀ ਆ। ਪਹਿਲਾਂ ਅਸੀਂ ਉੱਥੇ ਸਾਡੇ ਜੰਡ 'ਤੇ ਪੂਜ ਕੇ ਆਉਂਦੀਆਂ ਸੀ, ਜੰਡ ਦੇ ਬਾਹਰ ਦੀ ਅਸਾਂ ਸੂਤ ਵਲੇਟਦੀਆਂ ਸੀ, ਹੁਣ ਇੱਥੇ ਜਦੋਂ ਮੈਂ ਗਣੇਸ਼ਗੜ੍ਹ ਆਈ ਹਾਂ ਮੈਂ ਵੀ ਪੂਜਦੀ। ਮਹਿੰਦੀ ਦੇ ਸੱਤ ਟਿੱਕੇ,
ਠੰਡੀ ਮਿੱਠੀ ਮਾਈ ਨੂੰ ਗਿਣ ਕੇ ਸੱਤ ਟਿੱਕੇ ਮਹਿੰਦੀ ਦੇ, ਆ ਸੰਦੂਰ ਦੇ ਸੱਤ ਟਿੱਕੇ, ਕਰਦਿਆਂ ਦੇ ਸੱਤ ਟਿੱਕੇ ਥੋੜੀ ਜਿਹੀ ਰੂੰ ਰੱਖ ਕੇ, ਇਸ ਤਰ੍ਹਾਂ ਰੱਖ ਕੇ ਰੋਟੀ ਦਾ ਪ੍ਰਸ਼ਾਦ ਆ ਛੋਲੂਏ ਦੇ ਦਾਣੇ ਜਿਹੜੇ ਰਾਤ ਨੂੰ ਧਿਆ ਕੇ ਰੱਖੇ ਹੁੰਦੇ ਪਾਣੀ 'ਚ, ਫਿਰ ਦਿਨ ਚੜਿਆ ਰੋਟੀ ਜੇ ਕਾਂ ਲੈ ਜਾਣਗੇ ਤਾਂ ਠੀਕ ਹੈ, ਨਹੀਂ ਤਾਂ ਫਿਰ ਅਸੀਂ ਕੁੱਤੇ ਨੂੰ ਪਾ ਦਿੰਦੇ ਹਾਂ। ਇਸ ਤਰ੍ਹਾਂ ਪਾਣੀ ਪਾ ਕੇ ਕੱਚੀ ਲੱਸੀ ਪੂਰੀ ਤਰ੍ਹਾਂ ਮਾਈ ਨੂੰ ਠੰਡੀ ਕਰਕੇ ਅਤੇ ਠੰਡੀ ਮਿੱਠੀ ਮਾਈ ਦੇ ਨਾਮ ਦਾ ਐਵੇਂ ਕਰਕੇ ਮੱਥਾ ਟੇਕ ਦਿੰਦੇ। ਜੈ ਮਾਈ ਸ਼ੁਕਲਾ ਮਾਤਾ। ਆ ਗਿਆ ਆ ਗਿਆ ਅੱਪੂ, ਬਾਈ ਨਹੀਂ ਆਇਆ ਹੈ, ਕਦੋਂ ਆਊਗਾ? 4 ਵਜੇ ਪਾਰਟੀ ਹੋਈ ਜਾਂਦੀ ਆ, ਤੈਨੂੰ ਛੁੱਟੀ ਦੇਤੀ ਹੈ? ਕੀ ਕਹਿੰਦੇ ਤੂੰ ਜਾਵੜੇ, ਸਾਰੇ ਜਾਵੜੇ ਬੱਚੇ ਛੋਟੇ, ਤੂੰ ਤੁਰ ਕੇ ਆਇਆ, ਫੋਨ ਕਰਾ ਦਿੰਦਾ। ਰਾਜਸਥਾਨ 'ਚੋਂ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਸ਼੍ਰੀ ਗਣੇਸ਼ਗੜ੍ਹ, ਸ਼੍ਰੀ ਨਹੀਂ ਲੱਗਦਾ, ਸਿੱਧਾ ਗਣੇਸ਼ਗੜ੍ਹ ਹੈ। ਲਓ ਜੀ ਇੱਕ ਰੈਸਪੀ ਲੈ ਕੇ ਆ ਗਈ ਮੰਮੀ, ਰੈਸਪੀ ਲੈ ਕੇ ਆ ਰਹੇ ਅੱਜ ਘਰ ਮੇ ਬਣੇਗੇ ਬਿਸਕਿਟ। ਆ ਇੱਕ ਕਟੋਰੀ ਚੀਨੀ ਦੀ ਹੈ, ਅੱਧੀ ਕਟੋਰੀ ਪਾਣੀ ਦੀ ਪਾ ਕੇ ਇੱਕ ਵਾਰੀ ਭਿਉਂਦੀ ਹੈ ਇਹਨੂੰ ਥੋੜ੍ਹੀ ਜਿਹੀ। ਭਿਉਣ ਤੋਂ ਬਾਅਦ ਆਪਣਾ ਆ ਰਿਹਾ ਆਟਾ। ਕਿੰਨੀਆਂ ਕਟੋਰੀਆਂ ਪਾਉਣਾ ਆਟਾ? 2। ਲਓ ਜੀ 2 ਕਟੋਰੀਆਂ ਆਟਾ ਪਾ ਲਿਆ ਛਾਣ ਕੇ। ਛਾਣ ਕੇ ਵਧੀਆ ਫਿਰ ਮੈਂ ਚੱਕ ਲਿਆ ਫੁਲਕੇ ਵਾਲੀ। ਆ ਪਾ ਲਿਆ ਆਪਾਂ 2 ਚਮਚ ਘੀ ਡਾਲ ਦਿਆ। ਘੀ ਡਾਲ। ਲਓ ਜੀ ਮੋਇਨ ਪਾ ਲਿਆ ਆਟੇ 'ਚ। ਆਟੇ 'ਚ ਪਾ ਲਿਆ ਮੋਇਨ, ਘਿਓ ਹੁੰਦਾ ਮੋਇਨ? ਹਾਂ ਵੀ ਆਉਣ ਦਿਓ ਇੱਕ ਚੁਟਕੀ ਨਮਕ ਦੀ। ਸਾਡਾ
ਵੀਡੀਓ ਵੇਖਣ ਵਾਲੀ ਵਨਕੋਵਰ ਤੋਂ, ਉਹਨਾਂ ਨੇ ਕਿਹਾ ਸੀ ਵੀ ਪਿੰਕ ਸਾਲਟ ਯੂਜ ਕਰਿਆ ਕਰੋ। ਪਿੰਕ ਤਾਂ ਹੁਣੇ ਅਵੇਲੇਬਲ ਹੈ ਨਹੀਂ ਕਿਉਂਕਿ ਉਹਨੇ ਨੇ ਹੁਣੇ ਹੀ ਕਿਹਾ ਸੀ ਅੱਧਾ ਘੰਟਾ ਪਹਿਲਾਂ, ਅਤੇ ਹੁਣ ਅਸੀਂ ਸੈਂਦਾ ਨਮਕ ਯੂਜ ਕਰਾਂਗੇ ਦੂਜਾ। ਫਿਰ ਅੱਗੇ ਵਾਲੀਆਂ ਰੈਸਪੀਆਂ ਸਾਰੀਆਂ ਕੋਕੋਨਟ 'ਚ ਅਤੇ ਦੇਸੀ ਘਿਓ 'ਚ ਬਣਾਵਾਂਗੇ। ਅਤੇ ਸਾਡੀ ਉਹ ਖੜੀ ਮੱਝ ਵੀ ਸੂਣ ਵਾਲੀ ਹੈ ਦੂਰੀ ਵਾਰ, ਕਾਲਾ ਨਹੀਂ ਲੈਣਾ, ਚਿੱਟਾ ਨਮਕ ਲਿਆਂਗੇ, ਕਾਲਾ ਨਮਕ। ਆਟੇ ਦੇ ਵਿੱਚ ਮੋਇਨ ਪਾਉਣੀ ਹੈ ਜਦੋਂ, ਇੱਕ ਤਾਂ ਉਹਦੀਆਂ ਪਿੰਨੀਆਂ ਬਣ ਜਾਂਦੀਆਂ, ਇਹਦੀਆਂ ਪਿੰਨੀਆਂ ਨਹੀਂ ਬਣਾਉਣੀਆਂ, ਘੱਟ ਪਾਉਣਾ ਮਤਲਬ। ਉਹ ਤਾਂ ਜਿਵੇਂ ਹੁਣ ਆਹ ਦੋ ਕਟੋਰੀਆਂ ਹੈ ਨਾ, ਇਹਦੇ ਵਿੱਚ ਅੱਧੀ ਕਟੋਰੀ ਪਾਉਣੀ ਪੈਂਦੀ ਹੈ ਪਿੰਨੀ ਬੰਨਣ ਵਾਸਤੇ, ਇਹਦੀ ਪਿੰਨੀ ਨਹੀਂ ਬੰਨਣੀ, ਹਲਕਾ ਜਿਹਾ ਬਸ ਐਵੇਂ ਦਾਣੇਦਾਰ ਜਿਹਾ ਹੋ ਜਾਵੇ। ਅਤੇ ਫਿਰ ਆਪਾਂ ਇਸੇ ਖੰਡ ਨੂੰ ਘੋਲ ਲਾਂਗੇ। ਸਾਡੀ ਪਰੀ ਰੋਂਦੀ ਹੈ, ਚੁੱਪ ਕਰਾ ਪਰੀ ਨੂੰ, ਅੱਧੀ ਖੰਡ ਘੋਲ ਲਾਂਗੇ ਅਤੇ ਖੰਡ ਦੇ ਵਿੱਚ ਕੁਛ ਦਾਣੇ ਰਹਿ ਜਾਣ, ਉਹ ਵੀ ਨਹੀਂ ਵੀ ਇਹਦੀ ਆਪਾਂ ਚਾਸਣੀ ਬਣਾ ਲਈਏ। ਚਾਸਣੀ ਤਾਂ ਬਣਾਉਣੀ ਹੋਵੇ ਤਾਂ ਪਹਿਲਾਂ ਹੀ ਆਪਾਂ ਬਣਾ ਕੇ ਤਿਆਰ ਕਰ ਲਈਏ। ਅੱਧੀ ਖੰਡ ਘੁਲ ਜੇ ਅਤੇ ਅੱਧੀ ਖੰਡ ਵਿੱਚ ਰਹਿ ਜੇ ਸਾਫ਼ ਹੀ, ਤਾਂ ਫਿਰ ਆਪਾਂ ਇਸੇ ਨਾਲ ਹੀ ਆਟਾ ਗੁੰਨਣਾ। ਅਤੇ ਤੂੰ ਐਂ ਸੀ ਤਾਂ ਕਿੱਧਰ ਨੂੰ ਲਾਈ ਖੜਾ, ਅਤੇ ਇਹਦੇ 'ਤੇ ਲਾਉਣਾ ਕਿ ਨਹੀਂ, ਤੁਹਾਡਾ ਚਮਚਾ ਅਤੇ ਕੋਲਾ ਆਈ ਜਾਂਦਾ ਵਿੱਚ। ਅੱਛਾ, ਸਾਡੇ ਕੋਲ ਹਜੇ ਗਿੰਬਲ ਹੈ ਨਹੀਂ ਫੋਨ ਨੂੰ ਸਟੇਬਲ ਰੱਖਣ ਵਾਲਾ, ਮਾੜਾ ਮੋਟਾ ਕੈਮਰਾ ਹਿੱਲ ਜਾਂਦਾ, ਤਾਂ ਐਡਜਸਟਮੈਂਟ ਕਰ ਲਿਓ। ਜਦੋਂ ਆਪਾਂ ਖਾਵਾਂਗੇ ਬਿਸਕੁਟ, ਖੰਡ ਵਿੱਚ ਕਰੂਗੀ ਕੱਟੜ 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 ਕੱਟੜ, ਕਈ ਜਾਂ 'ਚ ਹੁੰਦੀ ਹੈ ਨਾ ਐਵੇਂ, ਵਿੱਚ ਖੰਡ ਰਹਿ ਜਾਣੀ ਚਾਹੀਦੀ। ਹੁਣ ਤੁਸੀਂ ਇਹ ਨਾ ਕਿਉਂ ਵੀ ਹੱਥ ਘੋਲੀ ਜਾਂਦੀ ਹੈ, ਹੱਥਾਂ ਨੂੰ ਮੈਂ ਦੋ ਤਿੰਨ ਵਾਰੀ ਸਾਬਣ ਲਾ ਕੇ ਧੋਏ ਜੀ। ਆਪਾਂ ਪਾ ਤੀ ਆ ਖੰਡ ਸਾਰਾ ਕੁਛ, ਅਤੇ ਹੁਣ ਆਪਾਂ ਦੇਖਾਂਗੇ ਵੀ ਇਹਦਾ ਮਿਲਚਰ ਕਿਵੇਂ ਆਉਂਦਾ, ਫਿਰ ਆਪਾਂ ਵੀ ਅੱਗੇ ਪਿੱਛੇ ਕਰ ਲਿਆ ਕਰਾਂਗੇ ਇਹਨਾਂ। ਬਰਾਬਰ 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 ਬਰਾਬਰ, ਹੁਣ ਨੇੜੇ ਕਰਕੇ ਦਿਖਾ ਆਟਾ, ਆਇਆ ਨਾ ਬਰਾਬਰ, ਨਾ ਪਾਣੀ ਘੱਟ ਅਤੇ ਨਾ ਵੱਧ, ਅਤੇ ਨਾ ਪਾਣੀ ਵੱਧ। ਦਾਣੇ ਡਿੱਗਦੇ ਨਾ ਵਿੱਚ, ਇਹ ਖੰਡ ਗਏ, ਦੋ ਕਟੋਰੀਆਂ ਆਟੇ ਦੀਆਂ, ਚੁਟਕੀ ਭਰ ਨਮਕ, ਇੱਕ ਕਟੋਰੀ ਮਗਰ ਇਸ ਤਰ੍ਹਾਂ ਦੀ ਚੁਟਕੀ, ਅੱਛਾ ਮਤਲਬ ਦੋ ਐਵੇਂ ਕਰਕੇ ਪਾਈਆਂ ਮੈਂ, ਇੱਕ ਕਟੋਰੀ ਖੰਡ ਦੀ, ਦੋ ਕਟੋਰੀ ਆਟੇ ਦੀਆਂ, ਅੱਧੀ ਕਟੋਰੀ ਪਾਣੀ ਦੀ, ਉਹਨਾਂ ਦੇ ਨਾਲ ਉਹ ਵੀ ਪਾਣੀ ਪਾ ਕੇ ਇਹਨੇ ਦੇਖੋ ਇਸ ਤਰ੍ਹਾਂ ਆਟਾ ਬਣ ਗਿਆ, ਕਿੰਨਾ ਵਧੀਆ। ਲਓ ਜੀ ਆਟੇ ਨੂੰ ਵੇਲਣ ਲੱਗ ਗਈ ਮੰਮੀ, ਅਤੇ ਤੇਲ ਕਰਦਾ ਤਿਕ ਤਿਕ ਤਿਗੜੇ ਤਿਗੜੇ, ਥੋੜ੍ਹਾ ਪਾਣੀ ਕਾਲਚ,
ਫਿਰ ਗਰਮ ਹੋ ਜਾਂਦਾ, ਲੰਮਾ ਹੋ ਜਾਊ, ਹੱਥ ਪੂੰਝ ਪਹਿਲਾਂ। ਲਓ ਜੀ ਕਟਿੰਗ ਹੋਣ ਲੱਗ ਗਈ ਅਤੇ ਪੰਜ ਬਣ ਗਏ। ਇੱਕ ਇੱਕ ਛੋਟੀ ਜਿਹੀ ਰੋਟੀ, ਤੁਹਾਡੇ ਕੋਲ ਚਕਲਾ ਵੱਡਾ ਹੋਵੇ ਤਾਂ ਤੁਸੀਂ ਰੋਟੀ ਇੱਕੇ ਵਾਰੀ ਵੱਡੀ ਸਾਰੀ ਵੇਲ ਕੇ ਅਤੇ ਉਵੇਂ ਵੀ ਕਰ ਸਕਦੇ। ਮੈਂ ਉਹਨੇ ਬਿਸਕਿਟ ਬਣਾ ਕੇ ਤੇਲ ਨੂੰ ਧੂੰਆਂਦਾਰ ਗਰਮ ਨਹੀਂ ਕਰਨਾ। ਹੋਈ ਪਾਰਟੀ ਕੀ ਹੋਇਆ? ਮੈਗੀ ਖਾਣ ਵਾਲਾ ਚਮਚ ਹੁੰਦਾ ਉਹਦੇ ਨਾਲ ਵੀ ਡਿਜ਼ਾਇਨ ਬਣਾ ਸਕਦੇ ਹਾਂ, ਪਰ ਮੈਨੂੰ ਹੁਣ ਟਾਈਮ ਹੈ ਨੀ। ਮੈਂ ਬਿਨਾਂ ਡਿਜ਼ਾਇਨ ਤੋਂ ਵੀ ਅਤੇ ਡਿਜ਼ਾਇਨ ਵਾਲੇ ਵੀ ਇੱਕ ਇੱਕ ਕਰਕੇ ਅਤੇ ਬਿਸਕਿਟ ਫੜਦੇ ਹਾਂ ਤੇਲ ਦੇ ਵਿੱਚ, ਹੋ ਰੰਗ ਖਾਣ ਨੂੰ ਹੋ ਜਾਣਗੇ ਤਿਆਰ। ਕਲਰ ਸੋਹਣਾ ਆ ਰਿਹਾ ਬਿਸਕਿਟ ਦਾ, ਗੋਲਡਨ ਬਰਾਊਨ। ਇੱਕ ਵੀਡੀਓ ਬੰਦ ਕਰੀ। ਲਓ ਜੀ ਬਣਨ ਜਾ ਰਹੇ ਹੈ ਅਤੇ ਲਗਭਗ ਬਣ ਨਹੀਂ ਗਏ ਕੁਛ ਤਾਂ, ਬਣ ਤਾਂ ਜਾ ਰਹੇ ਹੀ ਹੈ ਉਦੋਂ ਦੇ ਗਏ ਹੋਏ ਆ, ਅਤੇ ਹੁਣ ਬਣ ਚੁੱਕੇ। ਕਿੰਨੀ ਦੇਰ ਲੱਗੂ? ਮੈਗੀ ਖਾਣ ਵਾਲੀ ਤੰਗਲੀ ਜੀ ਉਹ ਕਿਤੇ ਸੀਂਧ 'ਚ ਹੈਗੀ ਹੈ, ਤਾਂ ਲਿਆ ਦਿਓ ਉਹਨੂੰ ਚਮਚਾ ਜਿਹਾ, ਪਤਾ ਨਹੀਂ ਕੀ ਕਹਿੰਦੇ ਉਹਨੂੰ, ਜਿਹੜਾ ਚਮਚੇ ਵਰਗਾ ਹੁੰਦਾ ਡਿਜ਼ਾਇਨ ਬਣਾ ਦਿਓ। ਹਾਂ ਅਤੇ ਤਿੰਨ ਲੱਤਾਂ ਵਾਲਾ ਜਾ, ਉਹ ਨੂਡਲ ਖਾਣ ਵਾਲੀ ਹੁੰਦੀ ਹੈ ਨਾ ਚਮਚ, ਉਹਦੇ ਨਾਲ ਇਹਦੇ ਇਹਦੇ ਤੇ ਡਿਜ਼ਾਈਨ ਬਹੁਤ ਸੋਹਣਾ ਬਣਦਾ। ਮੈਂ ਤਾਂ ਖੀਰ ਰੱਖਣਾ ਇੱਕ, ਮੈਂ ਹੀ ਕੱਢਿਆ ਹਾਂ ਪਾਉਣਾ ਹੁਣ ਇਹਦੇ ਵਿੱਚ, ਮੈਂ ਦੋ ਤੁਸੀਂ ਰੱਖ ਦੇ ਹੁਣ ਮੇਰੇ ਦੋ ਹੀ ਆ, ਕੋਈ ਮੈਂ ਸ਼ੇਰਾਂ ਵਾਲੀ ਤਾਂ ਨਹੀਂ। ਲੈ ਵੀ ਵਿਚਾਲੇ ਵਿਚਾਲੇ ਸਾਡੇ ਬੰਦੇ ਐਵੇਂ ਚਾਹੇ ਜੋਕ ਮਸਤੀ ਚੱਲਦੀ ਰਹਿੰਦੀ। ਮੈਂ ਮੇਰੀ ਗੱਲ ਸੁਣ, ਦੋ ਅੱਖ ਹੈ, ਇੱਕ ਚ ਮੈਂ ਆਹ ਫੜ ਰੱਖਿਆ, ਇੱਕ ਨਾ ਆਹ ਕੱਢੀ ਜਾਂਦੀ, ਫਿਰ ਵੀ ਤੂੰ ਮੂੰਹ ਨਾਲ ਫੜ ਲੈ ਕਹਿੰਦੀ ਆ ਉਹ। ਉਹ ਮੇਰੇ ਅੱਗੇ ਤਾਂ ਕੀ ਤੁਰੀ ਜਾਂਦੀ, ਮੈਂ ਕਿਹਾ ਵੀ ਮੈਂ ਸ਼ੇਰਾਂ ਵਾਲੀ ਤਾਂ ਹੈ ਨਹੀਂ ਕੋਈ, ਜਿਹੜੀ ਦੇ ਅੱਠ ਅੱਖ ਹੋਣਗੇ। ਮੈਂ ਤਾਂ ਇੱਕ ਸਧਾਰਨ ਬੁੜੀ ਹੈ, ਕੋਈ ਸ਼ੇਰਾਂ ਵਾਲੀ ਤਾਂ ਹੈ ਨਹੀਂ। ਲੈ ਵੀ ਪਰੀ ਦੂਰ ਹੋ ਜਾ, ਕਿਤੇ ਮੈਂ ਤੇਰੇ ਛੁਰਾ ਮਾਰਦਾ। ਆ ਚਮਚਾ ਜਾ, ਆ ਇਹਦੀ ਗੱਲ ਕਰਦੇ ਸੀ ਜੀ, ਆ ਤੰਗਲੀ ਜੀ ਇਹਦਾ ਨਾਮ ਭੁੱਲ ਗਿਆ ਮੈਂ, ਯਾਦ ਸੀ। ਅਤੇ ਐਵੇਂ ਡਿਜ਼ਾਇਨ ਬਣਾ ਸਕਦੇ ਹਾਂ ਤੁਸੀਂ ਨੇੜੇ ਕਰਕੇ ਵਿਖਾਉਣਾ। ਆ ਦੇਖੋ ਲੈਣਾ ਜੀਆਂ ਬਣ ਗਈਆਂ, ਇੰਨਾ ਨੇੜੇ ਕਰਿਆ ਜੂਮ ਹੀ ਨਹੀਂ, ਵਿੱਚ ਨਹੀਂ ਆਇਆ ਸੀ। ਮੈਂ ਨਹੀਂ ਬਣਾਏ ਗਿਆ ਕਿਉਂਕਿ ਸਾਡੇ ਜਿਹੜੇ ਆਹ ਮਸ਼ੀਨਾਂ ਰੱਖੀਆਂ
ਬਿਸਕੁਟ ਖਾਣ ਵਾਲੀਆਂ, ਇਹਨਾਂ ਨੂੰ ਕੋਈ ਲੈਣਾ ਨਾ ਮਤਲਬ ਨਹੀਂ, ਇਹਨਾਂ ਦੇ ਬਸ ਢਿੱਡ 'ਚ ਸਮਾਨ ਜਾਣਾ ਚਾਹੀਦਾ ਅਤੇ ਜਾੜ ਚੱਲਦੀ ਰਹਿਣੀ ਚਾਹੀਦੀ ਹੈ। ਜਾੜ ਇਹਨਾਂ ਦੀ ਚਟ ਕਚੂੰ ਚਟਕ ਕਚੂੰ ਚਟਕ ਕਚੂੰ ਲੱਭੜੀ ਨਾ ਆ ਸਾਫ਼ ਕਰਨਾ ਚੰਗੀ ਤਰ੍ਹਾਂ ਇਹਦੇ ਵਿੱਚ ਇਹਦੇ 'ਤੇ ਮੈਂ ਘਿਓ ਨਹੀਂ ਲੱਗਦਾ ਕਿਉਂਕਿ ਆਟਾ ਸਖ਼ਤ ਹੁੰਦਾ ਨਾ, ਅਤੇ ਬਸ ਇਹਨਾਂ ਨੂੰ ਇੱਕ ਵਾਰੀ ਪਾ ਕੇ ਨਾ ਇਹਦੇ ਵਿੱਚ ਗੈਸ ਘੱਟ ਕਰਨਾ ਜ਼ਰੂਰੀ, ਠੀਕ ਹੈ, ਨਹੀਂ ਤਾਂ ਫਿਰ ਗਾਡੀ ਚੱਲ ਜਾਏਗੀ, ਇਹ ਉੱਪਰੋਂ ਤਾਂ ਬਲ ਜਾਣਗੇ ਅੰਦਰੋਂ ਕੱਚੇ ਰਹਿ ਜਾਂਦੇ, ਇਹਨਾਂ ਦਾ ਇਹ ਰੌਲਾ ਹੋ ਜਾਂਦਾ। ਪਰ ਮੈਂ ਇੱਕ ਗੱਲ ਦੱਸਾਂ, ਮੈਂ ਕਿੰਨਾ ਤਕੜਾ ਗਿਆਨ ਝਾੜੀ ਜਾਂਦੀ ਹਾਂ ਤੇਰੇ ਕੋਲ, ਇਹ ਮੈਂ ਪਹਿਲੀ ਵਾਰ ਬਣਾਉਣ ਲੱਗੀ ਹਾਂ, ਇਹ ਮੈਂ ਵੀਡੀਓ ਵਾਲੀ ਤੋਂ ਹੀ ਸੁਣਿਆ ਸੀ। ਹੋ ਗਈ ਪਹੁੰਚ ਕਰਦੀ ਹੈ ਵੀ ਲੈ ਵੀ ਸਾਡੇ ਤੇਜ਼ ਹਵਾ ਚੱਲਦੀ ਹੈ ਅਤੇ ਵਿੱਚ ਵਿੱਚ ਹਵਾ ਸਾਡੇ ਅੰਦਰ ਵੀ ਆ ਜਾਂਦੀ ਆਉਂਦੀ, ਅਤੇ ਸਾਡੇ 30 ਤਰੀਕ ਤਾਂ ਮੀਂਹ ਦੱਸਿਆ ਵੈ ਤਾਂ ਕਰਕੇ, ਅੱਜ 26 ਤਰੀਕ ਸੀ ਦੱਸਿਆ ਤਾਂ ਅੱਜ ਵੀ ਸੀ ਪਰ ਅੱਜ ਕਿਤੇ ਹੋਰ ਆ ਗਿਆ ਸਾਡੇ, ਅਤੇ ਸਾਡੇ ਭੀੜ ਐਂ ਉੱਤੇ ਹੀ ਆਈ ਪਈ ਹੈ ਅਤੇ ਕਰ ਹੀ ਦੋ ਪੈਕਟ ਤਾਂ ਬਣ ਗਏ, ਦੋ ਕਟੋਰੀਆਂ ਦੇ ਵਿੱਚ ਬਹੁਤ ਬਣ ਗਏ ਹੈ ਨਾ, ਚਾਰ ਕਟੋਰੀਆਂ ਜਿੰਨੇ ਬਣਾ ਲਏ ਤਾਂ ਮੁੱਕਦੇ ਹੀ, ਨਾਲੇ ਸਾਡੀ ਚਾਹ ਬਣੀ ਜਾਂਦੀ ਅਤੇ ਨਾਲੇ ਸਾਡੇ ਬਿਸਕੁਟ ਖਾ ਜਾਂਦੇ ਚਾਹ ਦੀ, ਚਾਹ ਦੇ ਜਸ਼ਨ ਸਿੰਘ ਦੀ ਬਣਦੀ, ਜਸ਼ਨ ਸਿੰਘ ਤਾਂ ਉਵੇਂ ਸਕੂਲ 'ਚ ਜਿਵੇਂ ਦੀ ਪਾਰਟੀ ਸੀ ਅਤੇ ਪਾਰਟੀ 'ਚ ਖਾ ਪੀ ਕੇ ਆਇਆ, ਡੀਜੇ ਡੂਜੇ ਲਾਇਆ ਸੀ ਨਹੀਂ, ਫਿਰ ਤੁਹਾਡੀ ਸਸਤੀ ਪਾਰਟੀ ਸੀ। ਇੱਕ ਹੈਲਪਰ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਵੇਲ ਦੇਵੇ ਅਤੇ ਕੱਟ ਦੇਵੇ, ਅਤੇ ਮੈਂ ਬੈਠੀ ਬੈਠੀ ਸਿਰਫ ਤਲਾਂ ਅਤੇ ਨਾਲੇ ਫਿਰ ਮੈਂ ਗੱਲਾਂ ਸੁਣਾਵਾਂ, ਹੁਣ ਮੈਨੂੰ ਗੱਲ ਕਰਨ ਦਾ ਟਾਈਮ ਨਹੀਂ, ਅਤੇ ਇੱਥੇ ਸਾਰੇ ਖਾਣ ਸੂਰੇ ਇਕੱਠੇ ਹੋਏ ਕਹਿੰਦੇ ਹੁੰਦੇ ਨਾਨਕਿਆਂ ਮਿਲਣ ਨੂੰ, ਖਾਣ ਸੂਰੀਆਂ ਆਈਆਂ ਨੀ ਘਰ ਮਾਮੇ ਦੇ, ਉਹ ਗੱਲ ਆ ਆਪਣੇ ਘਰ ਸਾਰੇ ਖਾਣ ਸੂਰੇ ਇਕੱਠੇ ਹੋਏ, ਚਲ ਕੋਈ ਨਹੀਂ ਇੰਨਾ ਕੁ ਤਾਂ ਮੈਂ ਕਰ ਸਕਦੀ ਹਾਂ, ਬਿਸਕਿਟ ਵੀ ਮੋਟੇ ਰੱਖਣੇ ਆ ਠੀਕ ਹੈ, ਬਰੀਕ ਨਹੀਂ ਮਿਲਣੇ, ਇੱਕ ਵੀ ਸਾਰਿਆਂ ਨੂੰ ਥੋੜ੍ਹਾ ਜਿਹਾ ਮੈਂ ਗਿਆਨ ਦੇ ਦੇਵਾਂ, ਆ ਬੁੜੀਆਂ ਦੀ ਨਾ ਗੰਦੀ ਆਦਤ ਹੁੰਦੀ ਹੈ, ਆਪਾਂ ਪੈਰ ਹਮੇਸ਼ਾ ਜ਼ਮੀਨ 'ਤੇ ਰੱਖ ਕੇ ਧੋਂਦੇ ਹਾਂ, ਕਈਆਂ ਦੀ ਤਾਂ ਆਦਤ ਹੁੰਦੀ ਹੈ ਪੈਰ ਧੋਂਦੇ ਅਤੇ ਕਈਆਂ ਦੀ ਆਦਤ ਹੁੰਦੀ ਹੈ ਧੋਂਦੇ ਨੇ, ਰੋਟੀ ਵੇਲ ਕੇ ਅਤੇ ਵੇਲਣਾ ਜਿਹੜਾ ਪੈਰ 'ਤੇ ਰੱਖ ਲੈਂਦੀ ਹੈ ਉਹ ਗੱਲ ਗਲਤ ਹੈ, ਰੋਟੀ ਵੇਲ ਕੇ ਵੇਲਣਾ ਪੈਰ 'ਤੇ ਨਹੀਂ ਰੱਖਣਾ ਚਾਹੀਦਾ ਕਦੇ, ਬੁੱਝ ਗਿਆ।
ਲਓ ਜੀ ਲਗਭਗ ਬਣ ਗਏ, ਬਸ ਲਾਸਟ ਵਾਲੇ ਰਹੇ। ਕਿੰਨੇ ਵਧੀਆ ਨੇ ਟੁੱਟਣ ਦੇ, ਇਕਦਮ ਵਧੀਆ ਬਣਦੇ ਸਵਾਦ। ਥੋੜੇ ਖਰਚੇ ਚ ਕਰ ਲਏ ਸਟੋਰ। ਹੁਣ ਜਵਾਬ ਕੰਮ, ਜਦੋਂ ਕੋਈ ਰੋਟੀ ਤੋਂ ਪਹਿਲਾਂ ਬੋਲਾ ਭੁੱਖ ਲੱਗੇ ਹਲਕੀ ਗੱਤੇ ਨੂੰ ਅੱਗ ਤਾਂ ਨਹੀਂ ਪੈਂਦੀ, ਗੱਤੇ ਨੂੰ ਅੱਗ ਤਾਂ ਨਹੀਂ ਪੈਂਦੀ। ਬਣ ਗਏ ਬਿਸਕਿਟ, ਇੱਕ ਵਾਰ ਰੱਖ ਦਈਏ, ਨਾਲ ਦੀ ਨਾਲ ਕਰ ਦਈਏ ਸਫਾਈ, ਨਹੀਂ ਤਾਂ ਮੱਖੀਆਂ ਨੇ ਚੱਕ ਕੇ ਲੈ ਜਾਣਾ। ਜਿਵੇਂ ਟੋਕਰੀ ਇਹਨੂੰ ਨਹੀਂ ਜਾਂਦੀ ਹੁੰਦੀ ਹੈ ਨਾ, ਉਵੇਂ ਉਸ ਤੋਂ ਮਸ਼ੀਨ ਨਾਲ ਲੀਰਾਂ ਪਤੀਰਾਂ ਜੀ ਖਿਲਰਦੀਆਂ ਰਹਿੰਦੀਆਂ। ਲੈ ਵੀ ਹਿੰਸਾ ਹੋ ਗਈ ਸੀ ਇੱਥੇ, ਸਾਨੂੰ ਵੀਡੀਓ ਨਹੀਂ ਬਣਾਉਣ ਦਿੰਦੇ, ਵਿਚਾਲੇ ਆਵਾਜ਼ਾਂ ਮਾਰੀ ਜਾਂਦੇ ਆ ਤੇ ਲਗਨੀ ਪੈ ਗਈ, ਲਗਨੀ ਦੀ ਕੰਡ ਚਾੜ ਹੋ ਗਈ ਸੀ। ਲਗਨੀ ਚੁੱਪ ਕਰ, ਨੇਮ ਸਾਰਿਆਂ ਵਾਸਤੇ ਬਰਾਬਰ ਹੈ, ਜਦੋਂ ਕੋਈ ਕੁਛ ਖਿਲਾਰਦਾ ਨਾ ਤੇ ਮੈਂ ਕਹਿੰਦੀ ਇਹਨੂੰ ਇਕੱਠਾ ਕਰ, ਤੇ ਹੁਣ ਮੈਂ ਖਿਲਾ ਰਿਹਾ ਤੇ ਮੈਂ ਇਕੱਠਾ ਕਰਦਾ, ਆਈ ਵੀ ਕਰਤੀ ਤੇ ਹੱਥ ਧੋ ਕੇ ਹੁਣ ਖਿੱਚਾਂਗੇ ਫੋਟੋ ਤੇ ਕਰ ਦੇਵਾਂਗੇ ਬਾਏ ਬਾਏ। ਹੈਂ ਤੇ ਕਰ ਦੇਵਾਂਗੇ ਬਾਏ ਬਾਏ। ਬਣ ਗਏ ਬਿਸਕਿਟ, ਖਾਓ ਗਗਨ ਰਹੋ ਮਗਨ। ਅੱਜ ਗਗਨ 'ਚ ਬਣਾਏ ਵੀ, ਅੱਜ ਰਿਫਾਇੰਡ ਹੈ ਨਹੀਂ ਸੀ। ਕਿਵੇਂ ਬਣੇ ਪਰੀ? ਖੁਸ਼ਬੂ ਤਾਂ ਬਹੁਤ ਸੋਹਣੀ ਆਉਂਦੀ ਹੈ ਯਾਰੇ, ਮਿਠਾਈ ਵਰਗੀ। ਲੋ ਵੀ ਇੱਕ, ਤੁਸੀਂ ਵੀ ਲੋ ਸਾਰੇ ਦੇਖੋ ਨਾਲ। ਮੈਂ ਵੀ ਮੈਂ ਬਿਸਕੁਟ ਲਕੋਏ ਆਵਾਂ ਦਵਾ ਦਿਓ, ਨਹੀਂ ਤਾਂ ਮੱਖੀਆਂ ਨੇ ਚੱਕ ਲਿਜਾਣੇ। ਤਾਂ ਅੱਜ ਦੇ ਵੀਡੀਓ ਨੂੰ ਕਰਦੇ ਐਂਡ, ਲਾਈਕ ਸ਼ੇਅਰ ਕਮੈਂਟ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਹੋ, ਅਤੇ ਪੁਰਾਣੇ ਨਵੇਂ ਸਾਰੇ ਕਰਿਓ ਕਮੈਂਟ ਵੀ ਬਿਸਕਿਟ ਤੁਹਾਨੂੰ ਕਿਹੋ ਜਿਹੇ ਲੱਗੇ। ਅਤੇ ਅੱਜ ਦੀ ਮੰਨਿਓ ਰਾਮ ਰਾਮ, ਕੱਲ੍ਹ ਨੂੰ ਮਿਲਾਂਗੇ ਇੱਕ ਨਵੇਂ ਵੀਡੀਓ। ਬਾਏ ਬਾਏ, ਹੁਣ ਕਰ ਬਾਏ 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 ਪਰੀ।